ਕਿ ਉਹ ਇਬਾਦਤ ਹੈ, ਸਮਝੋ ਐਵੇਂ, ਇਹ ਉਹ ਇਬਾਦਤ ਹੈ ਜਿਹੜੀ ਅੱਲਾਹ ਖੁਦ ਕਰਦਾ। ਇਹ ਜੁਮਲਾ ਜਿਹੜਾ ਨਾ ਇਹ ਠੀਕ ਨਹੀਂ। ਅੱਲਾਹ ਤਾਲਾ ਇਬਾਦਤ ਤੋਂ ਪਾਕ, ਇਬਾਦਤ ਸਿਰਫ ਇਨਸਾਨ ਦਾ ਖਾਸ ਹੈ ਜੋ ਹੈ। ਜਿਨ ਇਬਾਦਤ ਕਰਦੇ ਨੇ ਉਸ ਇਬਾਦਤ ਕਰਨਾ ਇਨਸਾਨ, ਲੇਕਿਨ ਅੱਲਾ ਰੱਬੁਲ ਇੱਜ਼ਤ ਬਾਜ਼ ਔਕਾਤ ਅਸੀਂ ਐਸੇ ਜੁਮਲੇ ਬੋਲ ਦਿੰਦੇ ਹਾਂ ਜਿਹੜੇ ਕਿ ਬਹੁਤ ਜ਼ਿਆਦਾ ਸਕੀਲ ਜੁਮਲੇ ਹੁੰਦੇ ਨੇ, ਜ਼ਬਾਨ ਤੋਂ ਅਦਾ ਕਰਨ ਲੱਗਿਆਂ ਗੱਲ ਕੁਫਰ ਤੱਕ ਪਹੁੰਚ ਜਾਂਦੀ। ਮਸਲਾਂ ਜਿਵੇਂ ਸਾਇਮ ਸਾਹਿਬ ਦਾ ਸ਼ੇਰ ਪੜ੍ਹਿਆ, ਉਹਨੇ ਮੇਰਾ ਅੱਲਾ ਵੀ ਦਰੂਦ ਪੜ੍ਹਦਾ ਹੈ, ਸਾਇਮ ਮੇਰਾ ਅੱਲਾ ਦਰੂਦ ਪੜ੍ਹਦਾ ਹੈ, ਤੋ ਇਹ ਲਫ਼ਜ਼ ਹੀ ਗਲਤ, ਅੱਲਾ ਤੋਂ ਪੜ੍ਹਨੇ ਸੇ ਪਾਕ ਹੈ। ਇਹ ਅਗਰ ਸ਼ਾਇਰ ਨੇ ਲਿਖ ਦਿਆ ਤਾਂ ਇਸਕਾ ਇਹ ਮਤਲਬ ਨਹੀਂ ਕਿ ਸਾਰੇ ਇਹੀ ਪੜ੍ਹਦੇ ਰਹੇ। ਕਮ ਅਜ਼ ਕਮ ਇਹ ਸੋਚਣਾ ਤਾਂ ਚਾਹੀਏ ਕਿ ਹਮ ਕਿਆ ਬਾਤ ਕਰ ਰਹੇ ਹਾਂ। ਪਹਿਲੇ ਕਹਤੇ ਹੈ ਅੱਲਾ ਜ਼ਬਾਨ ਸੇ ਪਾਕ ਹੈ, ਅੱਲਾ ਹਾਥੋਂ ਸੇ ਪਾਕ ਹੈ, ਅੱਲਾ ਆਂਖੋਂ ਸੇ ਪਾਕ ਹੈ, ਅੱਲਾ ਕਾਨੋਂ ਸੇ ਪਾਕ ਹੈ, ਅੱਲਾ ਜਿਸਮ ਸੇ ਪਾਕ ਹੈ, ਤੋ ਫਿਰ ਕਹਤੇ ਹੈ ਅੱਲਾ ਦਰੂਦ ਪੜ੍ਹਦਾ। ਜਬ ਜ਼ਬਾਨ ਹੀ ਨਹੀਂ ਤੋ ਪੜ੍ਹਦਾ ਕੈਸੇ? ਖੁਦਾ ਰਾ ਇਹ ਬਾਤਾਂ ਖੁਦ ਸੋਚਿਆ ਕਰੇ, ਐਸੇ ਨਹੀਂ ਸੁਬਾਨ ਅੱਲਾ ਮਾਸ਼ਾਅੱਲਾ ਜਿਵੇਂ ਕਿਸੇ ਨੇ ਆਖਿਆ ਤਾਂ ਜ਼ਬਾਨ ਅੱਲਾ, ਜੋ ਕਹਿ ਦਿੱਤਾ ਸੁਬਾਨ ਅੱਲਾ। ਥੋੜ੍ਹਾ ਜਿਹਾ ਗੱਲ ਨੂੰ ਸਮਝਿਆ ਕਰੋ, ਸੋਚਿਆ ਕਰੋ ਕਿ ਗੱਲ ਠੀਕ ਕਰ ਰਿਹਾ। ਇਬਾਦਤ ਅੱਲਾ ਤਾਲਾ ਨਹੀਂ ਕਰਦਾ, ਅੱਲਾ ਤਾਲਾ ਇਬਾਦਤ ਦਾ ਹੁਕਮ ਦਿੰਦਾ ਹੈ। ਇਬਾਦਤ ਤਾਂ ਖੁਦ ਖੁਦਾ ਦੀ ਹੈ, ਅਤੇ ਜੇ ਇਹ ਕਿਹਾ ਜਾਏ ਵੀ ਇਹ ਉਹ ਦਰੂਦ ਹੈ, ਦਰੂਦ ਪਾਕ ਉਹ ਇਬਾਦਤ ਹੈ ਜਿਹੜੀ ਅੱਲਾ ਵੀ ਕਰਦਾ, ਇਹਦਾ ਮਤਲਬ ਇਹ ਵੇ ਅੱਲਾ ਤਾਲਾ ਇਬਾਦਤ ਕਰ ਰਿਹਾ ਹੈ ਨਬੀ ਪਾਕ ਦੀ, ਕਿਉਂਕਿ ਦਰੂਦ ਤਾਂ ਨਬੀ ਦਾ, ਅਤੇ ਫਿਰ ਗੱਲ ਕੁਫਰ ਤੱਕ ਪਹੁੰਚ ਗਈ ਨਾ। ਤੋ ਕੁਰਾਨ ਦੇ ਲਫ਼ਜ਼ ਨੇ ਇਨਲਾਹ ਵ ਮਲਾਇਕਤਹੁ ਯੁਸੱਲੂਨਾ ਅਲਨ ਨਬੀ, ਬੇਸ਼ੱਕ ਅੱਲਾ ਔਰ ਉਸਕੇ ਫਰਿਸ਼ਤੇ ਨਬੀ ਪਰ ਦਰੂਦ ਭੇਜਤੇ ਹੈਂ। ਦਰੂਦ ਦਾ ਮਾਨਾ ਸਿਰਫ ਇਹ ਹੀ ਨਹੀਂ ਪੜ੍ਹਨਾ, ਦਰੂਦ ਸਲਾਤ ਲਫ਼ਜ਼ ਸੱਲੂ ਇਹਦੇ ਲੁਗਤ 'ਚ ਕਈ ਮਾਨੇ ਬਿਆਨ ਕੀਤੇ ਗਏ ਨੇ। ਸਲਾਦ ਦਾ ਮਾਨਾ ਨਮਾਜ਼ ਵੀ ਹੈ, ਸਲਾਦ ਦਾ ਮਾਨਾ ਲੱਕੜੀ ਵੀ ਹੈ, ਸਲਾਦ ਦਾ ਮਾਨਾ ਦਰੂਦ ਵੀ ਹੈ, ਸਲਾਦ ਦਾ ਮਾਨਾ ਰਹਿਮਤ ਵੀ ਹੈ। ਇਹ ਦਰੂਦ ਫਾਰਸੀ ਜ਼ਬਾਨ ਦਾ ਲਫ਼ਜ਼ ਹੈ, ਔਰ ਅਗਰ ਇਸ ਨੂੰ ਅੱਲਾਹ ਤਾਲਾ ਦੀ ਤਰਫ ਰਾਜ ਕੀਤਾ ਜਾਏਗਾ ਤਾਂ ਇਹਦੇ ਤੋਂ ਮੁਰਾਦ ਹੈ ਅੱਲਾ ਰਸੂਲ ਪਰ ਆਪਣੀ ਰਹਿਮਤ ਨਾਜ਼ਿਲ ਕਰਦਾ, ਕਿਉਂਕਿ ਪੜ੍ਹਨੇ ਤੋਂ ਤਾਂ ਪਾਕ ਹੈ ਉਹ, ਤੋ ਰਹਿਮਤ ਨਾਜ਼ਿਲ ਕਰਤਾ ਹੈ। ਪੜ੍ਹਨਾ ਸਿਰਫ ਸਾਡਾ ਖਾਸਾ ਹੈ, ਅਸੀਂ ਆਪਣੇ ਵਾਸਤੇ ਪੜ੍ਹਨੇ ਹਾਂ, ਕਿਉਂਕਿ ਅਸੀਂ ਉਸ ਕਮਾਲ ਦੇ ਨਹੀਂ, ਉਸ ਉਰੂਜ ਦੇ ਨਹੀਂ, ਉਸ ਬੁਲੰਦੀ ਦੇ ਨਹੀਂ, ਉਹ ਮਿਆਰ ਨਹੀਂ ਸਾਡਾ। ਅਸੀਂ ਸਰਕਾਰ ਦੇ ਗੁਲਾਮ ਹਾਂ, ਅਸੀਂ ਆਪਣੇ ਵਾਸਤੇ ਪੜ੍ਹ ਰਹੇ ਹਾਂ, ਲੇਕਿਨ ਅੱਲਾ ਸਭ ਤੋਂ ਆਲਾ ਹੈ, ਅੱਲਾ ਸਿਰਫ ਰਹਿਮਤ ਭੇਜਦਾ। ਤੋ ਦਰੂਦ ਭੇਜਣੇ ਕਾ ਮਤਲਬ ਇਹੀ ਹੈ ਕਿ ਅੱਲਾ ਤਾਲਾ ਆਪਣੀ ਰਹਿਮਤ ਨਾਜ਼ਿਲ ਕਰਦਾ ਹੈ। ਅਤੇ ਫਿਰ ਇਹ ਕਹਿਣਾ ਕਿ ਖੁਦ ਲਾ ਸ਼ਰੀਕ ਵੀ ਉਸਮੇ ਸ਼ਰੀਕ ਹੋਤਾ ਹੈ, ਤੋ ਅੱਲਾ ਤਾਲਾ ਕੋ ਲਾ ਸ਼ਰੀਕ ਹੀ ਰਹਿਣੇ ਦੇ। ਇਹ ਐਸੇ ਜੁਮਲੇ ਜੋ ਹੈ ਉਹ ਸਟੇਜ ਪਰ ਨਹੀਂ ਕਹਿਣੇ ਚਾਹੀਏ। ਤੋ ਇਹ ਬਾਤ ਮੇਰੇ ਜ਼ਿਹਨ ਮੇਂ ਥੀ ਤੋ ਮੈਨੇ ਕਹਿ ਦੀ ਆਕਾ ਕਰੀ।